ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬੇਅਦਬੀਆਂ ਲਈ ਬਣਾਈ ਗਈ SIT ਦੇ DIG ਖਟੜਾ ਦਾ ਵੱਡਾ ਬਿਆਨ, ਦੇਖੋ ਆਖਿਰ ਕੀ ਹੈ FIR ਨੰਬਰ 89। ਪਿਛਲੇ ਸਾਲ ਜੂਨ ਦੇ ਵਿੱਚ ਜਦੋਂ ਅਸੀਂ ਲੇਟ ਮਿੰਦਰਪਾਲ ਬਿੱਟੂ ਦੇ ਘਰ ਦੀ ਤਲਾਸ਼ੀ ਲਈ ਸੀ ਤਾਂ ਉੱਥੋਂ ਜਿਹੜਾ 5 ਗ੍ਰੰਥ ਆਪਣੇ ਜਿਹੜੀ ਆ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਸਾਹਿਬ ਔਰ ਕੁਛ ਚੱਲੇ ਹੋਏ ਕਾਰਤੂਸ ਔਰ ਇੱਕ ਚਿੱਟ ਮਿਲੀ ਸੀ ਜਿਹਦੇ 'ਚ ਲਿਖਿਆ ਸੀ ਕਿ ਟ੍ਰੇਨਾਂ ਨੂੰ ਅਤੇ ਰੇਲਵੇ ਸਟੇਸ਼ਨਾਂ ਨੂੰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੀ ਜਾਂਚ ਲਈ ਬਣਾਈ ਗਈ SIT ਦੇ ਮੈਂਬਰ DIG ਖੱਟੜਾ ਨੇ ਕਿਹਾ ਹੈ ਕਿ ਸੰਗਰੂਰ ਤੋਂ FIR ਨੰਬਰ 99 ਦੇ ਤਹਿਤ ਅੱਜ ਫਰੀਦਕੋਟ ਅਦਾਲਤ 'ਚ ਫਰੇਮ ਚਾਰਜ ਕਰ ਦਿੱਤੇ ਗਏ ਨੇ। DIG ਖੱਟੜਾ ਨੇ ਜਾਣਕਾਰੀ ਸਾਂਝਿਆ ਕਰਦਿਆਂ ਹੋਇਆ ਦੱਸਿਆ ਕਿ FIR ਨੰਬਰ 89 ਦੇ ਤਹਿਤ ਉਹਨਾਂ ਵੱਲੋਂ ਸੰਗਰੂਰ ਤੋਂ ਮਹਿੰਦਰਪਾਲ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਦੇ ਘਰ 'ਚ ਗੁਰੂ ਨਾਨਕ ਦੇਵ ਜੀ ਦੀ ਸਾਖੀ ਦੇ ਸਣੇ ਕੁਝ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਸਨ। ਉਹਨਾਂ ਦੱਸਿਆ ਕਿ ਮਹਿੰਦਰਪਾਲ ਦੇ ਨਾਲ ਹੀ ਸ਼ਕਤੀ ਸਿੰਘ ਅਤੇ ਸੁਖਜਿੰਦਰ ਸੰਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। DIG ਖੱਟੜਾ ਨੇ ਦੱਸਿਆ ਕਿ ਉਹਨਾਂ ਕੋਲ ਜਿੰਨੇ ਵੀ ਕੇਸ ਸਨ ਉਹਨਾਂ ਸਾਰਿਆਂ ਕੇਸਾਂ ਵਿੱਚ ਉਹਨਾਂ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤੇ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਵੀ ਕੇਸ ਸੌਂਪੇ ਗਏ ਸਨ ਉਹਨਾਂ ਦੀ ਜਾਂਚ ਉਹਨਾਂ ਨੇ ਬਹੁਤ ਹੀ ਡੂੰਘਾਈ ਦੇ ਨਾਲ ਕੀਤੀ ਸੀ। ਹੋਰ ਕੀ ਕੁਛ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਦੇਖੋ ਆਇਆ FIR ਨੰਬਰ 89/18 ਜੋ ਪਿਛਲੇ ਸਾਲ ਜੂਨ ਦੇ ਵਿੱਚ ਜਦੋਂ ਅਸੀਂ ਲੇਟ ਮਿੰਦਰਪਾਲ ਬਿੱਟੂ ਦੇ ਘਰ ਦੀ ਤਲਾਸ਼ੀ ਲਈ ਸੀ ਤਾਂ ਉੱਥੋਂ ਜਿਹੜਾ 5 ਗ੍ਰੰਥ ਆਪਣੇ ਜਿਹੜੀ ਆ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਸਾਹਿਬ ਔਰ ਕੁਛ ਚੱਲੇ ਹੋਏ ਕਾਰਤੂਸ ਔਰ ਇੱਕ ਚਿੱਟ ਮਿਲੀ ਸੀ ਜਿਹਦੇ 'ਚ ਲਿਖਿਆ ਸੀ ਕਿ ਟ੍ਰੇਨਾਂ ਨੂੰ ਅਤੇ ਰੇਲਵੇ ਸਟੇਸ਼ਨਾਂ ਨੂੰ ਕੀਤਾ ਜਾਵੇ। ਉਹਨਾਂ ਦੇ ਉੱਤੇ ਅਸੀਂ ਇਹ FIR ਦਰਜ ਹੋਈ ਸੀ, ਉਹਦੀ ਤਫਤੀਸ਼ ਹੋਈ ਹੈ ਅਤੇ ਅੱਜ ਕੋਰਟ ਦੇ ਵਿੱਚ ਫਰੀਦਕੋਟ ਅਦਾਲਤ ਦੇ ਵਿੱਚ ਇਹ ਜਿਹੜੇ ਨੇ ਦੋਸ਼ ਆਇਦ ਹੋਏ ਆ, ਜਿਹਨੂੰ ਅਸੀਂ ਕਹਿੰਦੇ ਹਾਂ ਚਾਰਜਸ ਫਰੇਮ ਹੋਏ ਆ ਅਗੇਂਸਟ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸੰਨੀ ਅਤੇ ਵਨ ਮਹਿੰਦਰਪਾਲ ਆਫ ਸੰਗਰੂਰ। ਹਾਂਜੀ ਠੀਕ ਹੈ ਸਰ। ਸਰ ਹੁਣ ਇਸ ਤੋਂ ਬਾਅਦ ਫਰਦਰ ਕੀ ਚੱਲੂਗਾ, ਪ੍ਰੋਸੀਜਰ ਕੀ ਚੱਲੂਗਾ? ਦੇਖੋ ਇਸ ਤੋਂ ਬਾਅਦ ਤਾਂ ਹੁਣ ਇਹ ਕੋਰਟ ਦੇ ਪ੍ਰਵਿਊ ਦੇ ਵਿੱਚ ਹੈ, ਮਾਨਯੋਗ ਅਦਾਲਤ ਇਹਦੇ ਵਿੱਚ ਫਰਦਰ ਜਿਹੜੀ ਹੈ ਇਹਦੀ ਟ੍ਰਾਇਲ ਹੈ ਜਿਹੜੀ ਹੁਣ ਪ੍ਰੋਪਰ ਉਹਦੇ ਮੁਤਾਬਕ ਚੱਲੂਗੀ, ਗਵਾਹੀਆਂ ਹੋਣਗੀਆਂ ਅਤੇ ਅੱਗੇ ਕਾਨੂੰਨ ਆਪਣਾ ਰਸਤਾ ਅਖਤਿਆਰ ਕਰੂਗਾ। ਗੁਰਪਿਆਰੇ, ਪੰਜਾਬ ਵਿੱਚ ਹੋਈਆਂ ਬੇਅਦਬੀਆਂ ਨੂੰ ਲੈ ਕੇ ਥਾਂ ਥਾਂ ਦੇ ਉੱਤੇ ਰੋਸ਼ ਮੁਜ਼ਾਰੇ ਹੋਏ, ਮੋਰਚੇ ਲੱਗੇ, ਪਰ ਬੇਅਦਬੀਆਂ ਦੇ ਦੋਸ਼ੀ ਨਹੀਂ ਫੜੇ ਗਏ। ਮਹਿੰਦਰਪਾਲ ਬਿੱਟੂ ਨੂੰ ਲੁਧਿਆਣਾ ਜੇਲ੍ਹ ਦੇ ਵਿੱਚ ਸਿੰਘਾਂ ਵੱਲੋਂ ਨਿਸ਼ਾਨਾ ਬਣਾ ਕੇ ਜਾਨੋਂ ਮਾਰ ਦਿੱਤਾ ਗਿਆ, ਪਰ ਅਜੇ ਵੀ ਕਈ ਵੱਡੇ ਸਵਾਲ ਜਿਉਂ ਦੇ ਤਿਉਂ ਬਣੇ ਹੋਏ ਨੇ ਕਿ ਆਖਿਰ ਬੇਅਦਬੀਆਂ ਦੇ ਪਿੱਛੇ ਦੇ ਅਸਲ ਮਸੰਦ ਕੌਣ ਸਨ, ਕਿਹਨਾਂ ਨੇ ਬੇਅਦਬੀਆਂ ਕਰਵਾਈਆਂ ਤੇ ਆਖਿਰ ਇੰਨੀਆਂ SITs, ਇੰਨੇ ਕਮਿਸ਼ਨ ਬਣਨ ਤੋਂ ਬਾਅਦ ਵੀ ਉਹ ਚਾਲਬਾਜ਼ ਪੁਲਿਸ ਕਿਉਂ ਨਹੀਂ ਦਬੋਚ ਸਕੀ ਜਿਹਨਾਂ ਨੇ ਆਪਣੀਆਂ ਚਾਲਾਂ ਚੱਲ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ, ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਚੱਲਦੇ ਬੇਗੁਨਾਹਾਂ ਦੇ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੰਘਾਂ ਦੇ ਉੱਤੇ ਗੋਲੀਆਂ ਚਲਵਾਈਆਂ? ਇਹ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।